ਫਸਲਾਂ ਤੇ ਰੇਟ ਦਾ ਵਾਧਾ ਕੀਤਿਆਂ ਕਿਸਾਨ ਦਾ ਭਲਾ ਨਹੀਂ ਹੋ ਰਿਹਾ। ਸਵਾਲ ਤਾਂ ਹੈਗਾ 23 ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ। ਅਪੀਲ ਕਰਦੇ ਹਾਂ ਵੀ ਇਹਦੇ ਨਾਲ ਪੰਜਾਬ ਦਾ ਅਰਥਚਾਰੇ ਦਾ, ਪੰਜਾਬ ਦੇ ਵਪਾਰੀ ਦਾ, ਠੀਕ ਹੈ ਜੀ, ਪੰਜਾਬ ਦੇ ਟਰਾਂਸਪੋਰਟ ਦਾ, ਆਮ ਜਨਤਾ ਨੂੰ ਬਹੁਤ ਤਕਲੀਫ ਆ ਰਹੀ ਹੈ। ਕੱਲ੍ਹ ਨੂੰ ਸਾਡਾ ਵਰਗੀ ਪ੍ਰਸਥਿਤੀ ਹੋ ਜਾਣੀ ਹੈ, ਸਮੱਸਿਆ ਆਊਗੀ, ਇਹ ਤੁਰੰਤ ਰਾਹ ਖੋਲਿਆ ਜਾਵੇ। ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਭਾਜਪਾ ਨੇ ਨਹੀਂ ਕੀਤਾ, ਫਿਰ 400 ਦਾ ਨਾਰਾ ਤਾਂ ਹੀ ਫੇਲ ਹੋਇਆ ਹੈ, ਤਾਂ ਹੀ ਉਹ 240 'ਤੇ ਸੁੰਗਲ ਕਰ ਗਏ। ਦੇਖੋ, ਅਸੀਂ ਤਾਂ ਸ਼ੰਭੂ ਬਾਰਡਰ 'ਤੇ ਜਾ ਕੇ ਬਹਿਣ ਦਾ ਐਲਾਨ ਹੀ ਨਹੀਂ ਕੀਤਾ, ਨਾ ਅਸੀਂ ਇਹ ਕਿਹਾ ਵੀ ਅਸੀਂ ਸੜਕਾਂ ਜਾਮ ਕਰਨੀਆਂ, ਅਸੀਂ ਤਾਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦੀ ਗੱਲ ਕਹੀ। ਤਾਂ ਹੁਣ NHA 'ਤੇ ਕੋਈ ਕਾਨੂੰਨ ਨਹੀਂ ਕਹਿੰਦਾ, ਦੇਸ਼ ਦਾ ਸੰਵਿਧਾਨ ਨਹੀਂ ਕਰਦਾ ਵੀ ਕੋਈ ਸਰਕਾਰ ਕੰਧਾਂ ਕੱਢੇ, ਉਹ ਤਾਂ ਸਿਰਫ ਜ਼ਬਰਦਸਤੀ ਕਿਸਾਨਾਂ ਮਜ਼ਦੂਰਾਂ ਨੂੰ ਕੁਚਲ ਕੇ ਕੁੱਟ ਕੇ ਠਾਲਣਾ ਸੀਗਾ, ਜਿਵੇਂ ਸ਼ਹੀਦ ਸੁਭਕਰਨੀ ਨੂੰ ਸ਼ਹੀਦ ਕੀਤਾ ਗਿਆ, 450 ਕਿਸਾਨ ਜ਼ਖਮੀ ਕੀਤੇ ਗਏ। ਕਿਸਾਨਾਂ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ, ਚੋਣ ਜ਼ਾਬਤਾ ਵੀ ਖਤਮ ਹੋ ਗਿਆ, ਲੋਕ ਸਭਾ ਦੀਆਂ ਚੋਣਾਂ ਵੀ ਲੰਘ ਚੁੱਕੀਆਂ ਹਨ, ਅਤੇ ਹੁਣ ਕਿਤੇ ਨਾ ਕਿਤੇ ਸੈਂਟਰ ਸਰਕਾਰ ਆਪਣੇ ਤੌਰ 'ਤੇ ਕੋਸ਼ਿਸ਼ਾਂ ਜਾਰੀ ਹਨ। ਹੁਣ MSP ਦੀ ਬੜੋਤਰੀ ਕੀਤੀ ਹੈ, ਸਰਵਣ ਸਿੰਘ ਪੰਧੇਰ ਸਾਡੇ ਨਾਲ ਮੌਜੂਦ ਆ, ਗੱਲਬਾਤ ਕਰਾਂਗੇ। ਪੰਧੇਰ ਸਾਹਿਬ, ਹੁਣ ਤਾਂ MSP ਵਧਾ ਦਿੱਤਾ ਹੈ, ਹੁਣ ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਸੁਧਰ ਸਕਦੇ ਨੇ? ਹਾਂ, ਦੇਖੋ, ਪਿਛਲੇ 10 ਸਾਲਾਂ 'ਚ ਵੀ ਮੋਦੀ ਸਰਕਾਰ ਨੇ, ਜਦੋਂ ਪਹਿਲਾਂ ਵੀ ਜਿਹੜੀ ਵੀ ਸੈਂਟਰ ਦੀ ਸਰਕਾਰ ਰਹੀ ਆ, MSP ਵਿੱਚ ਵਾਧਾ ਤਾਂ ਹੁੰਦਾ ਰਿਹਾ, ਵਾਧਾ ਬੇਸ਼ੱਕ ਥੋੜ੍ਹਾ ਰਿਹਾ। ਵਿਚਾਰਨ ਦੀ ਲੋੜ ਹੈ ਵੀ ਜਿਵੇਂ ਸਾਡੇ ਬੀਜਾਂ ਦੇ, ਖਾਦਾਂ ਦੇ, ਦਵਾਈਆਂ ਦੇ, ਖੇਤੀ ਮਸ਼ੀਨਰੀ ਦੇ, ਡੀਜ਼ਲ ਦੇ ਰੇਟ ਵੱਧ ਰਹੇ ਆ, ਉਹਦੇ ਮੁਕਾਬਲੇ ਰੇਟ ਦਾ ਵਾਧਾ ਬਹੁਤ ਘੱਟ ਹੈ, ਇੱਕ ਤਾਂ ਇਹ ਗੱਲ ਆ। ਪਰ 23 ਫਸਲਾਂ 'ਤੇ ਰੇਟ ਦਾ ਵਾਧਾ ਕੀਤਿਆਂ ਕਿਸਾਨ ਦਾ ਭਲਾ ਨਹੀਂ ਹੋ ਰਿਹਾ। ਸਵਾਲ ਤਾਂ ਹੈਗਾ 23 ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ। ਅੱਜ ਵੀ ਤੁਸੀਂ ਪੰਜਾਬ ਦੀ ਮੰਡੀਆਂ ਵਿੱਚ ਚਲ ਜਾਓ, ਮੱਕੀ ਨੂੰ ਲੈ ਕੇ ਜਿੰਨਾ ਇਹਨਾਂ ਮੱਕੀ ਦਾ ਰੇਟ ਲਾਉਂਦੇ ਆ, ਉਹਦੇ ਅੱਧੇ ਭਾਅ 'ਤੇ ਖਰੀਦ ਹੋ ਰਹੀ, ਪ੍ਰਾਈਵੇਟ ਵਪਾਰੀ ਖਰੀਦ ਰਿਹਾ, ਲੁੱਟ ਹੋ ਰਹੀ ਆ। ਮੂੰਗੀ ਪੰਜਾਬ ਦੇ 8600 ਉਹਨਾਂ ਨਾਲ ਐਲਾਨ ਕਰਤਾ, ਪਰ ਪੰਜਾਬ ਦੇ 'ਚ 3500 ਰੁਪਇਆ ਸਾਨੂੰ ਰੇਟ ਮਿਲਦਾ ਹੈਗਾ। ਜੇ ਮੰਨ ਲਓ ਨਿਤੀਸ਼ ਕੁਮਾਰ ਜੀ ਸਰਕਾਰ 'ਚ ਆ, ਉਹ ਕਹਿੰਦੇ ਸੀ ਬਿਹਾਰ ਦੀ ਮੰਡੀ ਨੂੰ ਰਿਵਾਈਵਲ ਕਰਾਂਗੇ, ਜੇ ਬਿਹਾਰ ਦੇ ਕਿਸਾਨਾਂ ਨੂੰ ਉੱਥੇ ਮੰਡੀ 'ਚ ਖਰੀਦ ਕੀਤੀ ਜਾਵੇ, ਤਾਂ ਐਜ ਏ ਲੇਬਰ ਇੱਥੇ ਆ ਕੇ ਕੰਮ ਨਾ ਕਰਨ, ਉਹਨਾਂ ਕੋਲ ਕਿਸੇ ਕੋਲ 5 ਏਕੜ ਆ, ਕਿਸੇ ਕੋਲ 7 ਏਕੜ ਆ, ਦੇਸ਼ ਭਰ ਦੇ ਵਿੱਚ 23 ਫਸਲਾਂ ਦੀ ਜਿਨ੍ਹਾਂ ਦੀ ਉਹ MSP ਐਲਾਨ ਕਰਦੇ ਆ, ਉਹਦੀ ਖਰੀਦ ਨਹੀਂ ਕਰਦੇ ਗੇ। ਖਰੀਦ ਇਕੱਲੀ ਕਣਕ ਅਤੇ ਝੋਨੇ ਦੀ ਹੋਗਿਆ। ਪਿਊਸ਼ ਗੋਇਲ ਜੀ ਦਾ ਆਪਣਾ ਆਂਕੜਾ ਸੀਗਾ ਵੀ ਅਸੀਂ ਕੁੱਲ ਜਿੰਨੀਆਂ ਫਸਲਾਂ ਪੈਦਾ ਹੋ ਰਹੀਆਂ ਉਹਦਾ 13% ਖਰੀਦਦੇ ਹਾਂ, ਅਤੇ ਬਾਕੀ 87% ਫਸਲਾਂ ਦਾ ਫਿਰ ਕੀ ਬਣਿਆ ਜੀ? ਤਾਂ ਸਵਾਲ ਇਹ ਨੇ ਸਾਡੇ ਸਾਹਮਣੇ। ਲਗਭਗ 4.5 ਮਹੀਨੇ ਹੋ ਗਏ ਨੇ ਲਗਾਤਾਰ ਪ੍ਰਦਰਸ਼ਨ ਜਾਰੀ ਆ, ਗਰਮੀ ਵੀ ਬਹੁਤ ਵੱਧ ਗਈ ਹੈ, ਪਰ ਹਾਲੇ ਤੱਕ ਕੋਈ ਹੱਲ ਸਾਹਮਣੇ ਨਹੀਂ ਆ ਰਿਹਾ। ਕੀ ਹੁਣ ਲੱਗਦਾ ਹੈ ਕਿ ਸਰਕਾਰ 'ਤੇ ਉਸ ਪ੍ਰਦਰਸ਼ਨ ਦਾ ਅਸਰ ਪੈ ਰਿਹਾ ਹੈ, ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਵੀ ਹੁਣ ਕੋਈ ਨਵਾਂ ਅੰਦੋਲਨ ਨਹੀਂ ਉਲੀਕਿਆ ਗਿਆ? ਦੇਖੋ, ਦੋ ਗੱਲਾਂ ਨੇ। ਇੱਕ ਤਾਂ ਜਿਹੜਾ ਬਾਰਡਰਾਂ 'ਤੇ ਕੰਧਾਂ ਕਰਕੇ ਸਾਨੂੰ ਰੋਕਿਆ ਗਿਆ 13 ਫਰਵਰੀ ਤੋਂ ਪਹਿਲਾਂ ਦਾ, ਅਸੀਂ ਅੱਜ ਵੀ ਤੁਹਾਡੇ ਮਾਧਿਅਮ ਨਾਲ ਅਪੀਲ ਕਰਦੇ ਹਾਂ ਵੀ ਇਹਦੇ ਨਾਲ ਪੰਜਾਬ ਦਾ ਅਰਥਚਾਰੇ ਦਾ, ਪੰਜਾਬ ਦੇ ਵਪਾਰੀ ਦਾ, ਠੀਕ ਹੈ ਜੀ, ਪੰਜਾਬ ਦੇ ਟਰਾਂਸਪੋਰਟ ਦਾ, ਆਮ ਜਨਤਾ ਨੂੰ ਬਹੁਤ ਤਕਲੀਫ ਆ ਰਹੀ ਹੈ, ਕੱਲ੍ਹ ਨੂੰ ਸਾਡਾ ਵਰਗੀ ਪ੍ਰਸਥਿਤੀ ਹੋ ਜਾਣੀ ਹੈ, ਸਮੱਸਿਆ ਆਊਗੀ, ਇਹ ਤੁਰੰਤ ਰਾਹ ਖੋਲਿਆ ਜਾਵੇ। ਦੂਜੀ ਸਾਡੀ ਬੇਨਤੀ ਇਹ ਹੈ ਵੀ ਦੇਖੋ, ਪ੍ਰਦਰਸ਼ਨ ਤਾਂ ਅਸੀਂ ਕਰ ਹੀ ਰਹੇ ਹਾਂ, ਦੇਖੋ, ਐਤਕੀ ਜੇ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਭਾਜਪਾ ਨੇ ਨਹੀਂ ਕੀਤਾ, ਫਿਰ 400 ਦਾ ਨਾਰਾ ਤਾਂ ਹੀ ਫੇਲ ਹੋਇਆ ਹੈਗਾ, ਤਾਂ ਹੀ ਉਹ 240 'ਤੇ ਸੁੰਗਲ ਕਰ ਗਏ। ਜੇ ਹੁਣ ਵੀ ਅੱਗੇ ਖਿਆਲ ਨਾ ਕਰਨਗੇ, ਤਾਂ ਆਉਣ ਵਾਲੇ ਹਰਿਆਣਾ, ਮੱਧ ਪ੍ਰਦੇਸ਼ ਦੇ ਵਿੱਚ ਦੇਖ ਲੈਣਗੇ ਲੋਕਾਂ ਦਾ ਫਤਵਾ ਕੀ ਮਿਲਦਾ ਹੈਗਾ। ਰਾਹ ਖੋਲਣ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਕਿਸਾਨਾਂ ਦੇ ਵੱਲੋਂ ਵੀ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ ਗਿਆ, ਤਾਂ ਹੀ ਰਾਹ ਬੰਦ ਕੀਤੀ ਗਈ। ਹਰਿਆਣਾ ਦੀ ਗਲਤੀ ਦਿਸ ਰਹੀ ਹੈ, ਪਰ ਉਸਦੇ ਨਾਲ ਪੰਜਾਬ ਦਾ ਨੁਕਸਾਨ ਵੀ ਹੋ ਰਿਹਾ ਹੈ। ਕੀ ਕਿਸਾਨ ਆਪਣੇ ਤੌਰ 'ਤੇ ਕੁਛ ਨਾ ਕੁਛ ਕਰਨਗੇ ਇਸ ਲਈ? ਦੇਖੋ, ਅਸੀਂ ਤਾਂ ਸ਼ੰਭੂ ਬਾਰਡਰ 'ਤੇ ਜਾ ਕੇ ਬਹਿਣ ਦਾ ਐਲਾਨ ਹੀ ਨਹੀਂ ਕੀਤਾ, ਨਾ ਅਸੀਂ ਇਹ ਕਿਹਾ ਵੀ ਅਸੀਂ ਸੜਕਾਂ ਜਾਮ ਕਰਨੀਆਂ, ਅਸੀਂ ਤਾਂ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦੀ ਗੱਲ ਕਹੀ। ਤਾਂ ਸਰਕਾਰ ਨੂੰ ਕਿਹਾ ਸਾਡੇ ਨਾਲ ਬਹਿ ਕੇ ਗੱਲ ਕਰ ਲਓ, ਬਹਿ ਕੇ ਕਰ ਲੈਂਦੇ ਹਾਂ ਵੀ ਕਿੱਥੇ ਅਸੀਂ ਡੈਮੋਕ੍ਰੇਸੀ ਵੀ ਸਾਨੂੰ ਆਪਣਾ ਪ੍ਰਦਰਸ਼ਨ ਕਰਦਾ ਤਾਂ ਹੱਕ ਹੈ ਨਾ,
ਕੇਂਦਰ ਸਰਕਾਰ ਨੇ 13 ਤੋਂ ਪਹਿਲਾਂ ਮੇਰੇ ਖਿਆਲ 6 ਇੱਥੇ ਫਰਵਰੀ ਨੂੰ ਦੀਵਾਰਾਂ ਕੱਢ ਦਿੱਤੀਆਂ। ਹੁਣ NHA 'ਤੇ ਕੋਈ ਕਾਨੂੰਨ ਨਹੀਂ ਕਹਿੰਦਾ, ਦੇਸ਼ ਦਾ ਸੰਵਿਧਾਨ ਨਹੀਂ ਕਰਦਾ ਵੀ ਕੋਈ ਸਰਕਾਰ ਕੰਧਾਂ ਕੱਢੇ। ਉਹ ਤਾਂ ਸਿਰਫ ਜ਼ਬਰਦਸਤੀ ਕਿਸਾਨਾਂ ਮਜ਼ਦੂਰਾਂ ਨੂੰ ਕੁਚਲ ਕੇ ਕੁੱਟ ਕੇ ਠਾਲਣਾ ਸੀਗਾ, ਜਿਵੇਂ ਸ਼ਹੀਦ ਸੁਭਕਰਨ ਜੀ ਨੂੰ ਸ਼ਹੀਦ ਕੀਤਾ ਗਿਆ, 450 ਕਿਸਾਨ ਜ਼ਖਮੀ ਕੀਤੇ ਗਏ। ਮੀਟਿੰਗ ਦੀ ਗੱਲ ਕੀਤੀ, ਗੱਲਬਾਤ ਦੀ ਗੱਲ ਕੀਤੀ, ਪਹਿਲਾਂ ਵੀ ਮੀਟਿੰਗਾਂ ਹੋਈਆਂ ਤੁਹਾਡੇ ਨਾਲ, ਦੇਰ ਰਾਤ ਤੱਕ ਮੀਟਿੰਗਾਂ ਚੱਲਦੀਆਂ ਰਹੀਆਂ, ਪਰ ਕੋਈ ਹੱਲ ਸਾਹਮਣੇ ਨਹੀਂ ਆਇਆ। ਕੀ ਹੁਣ ਦੁਬਾਰਾ ਕਿਸਾਨ ਮੰਗ ਕਰਦੇ ਨੇ ਮੀਟਿੰਗ ਦੀ? ਕੀ ਲੱਗਦਾ ਹੁਣ ਨਵੀਂ ਸਰਕਾਰ ਬਣਨ ਤੋਂ ਬਾਅਦ ਦੁਬਾਰਾ ਉਹਨਾਂ ਦੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਨੇ? ਹਾਂ ਦੇਖੋ, ਜਦੋਂ ਅਸੀਂ ਸੰਘਰਸ਼ ਕਰ ਰਹੇ ਹਾਂ ਤਾਂ ਭਾਰਤ ਸਰਕਾਰ ਕੋਲ ਆਸਣਾ ਹੀ ਕਰ ਰਹੇ ਹਾਂ ਨਾ, ਵੀ ਸਰਕਾਰ ਜੇ ਲੋਕਾਂ ਦੀ ਚੁਣੀ ਹੋਈ ਆ, ਲੋਕਾਂ ਲਈ ਆ, ਲੋਕਾਂ ਦੁਆਰਾ ਚੁਣੀ ਜਾਂਦੀ, ਅਤੇ ਲੋਕਾਂ ਦੇ ਮਸਲੇ ਸੁਣਨੇ ਚਾਹੀਦੇ। ਕਿਸਾਨ ਮਜ਼ਦੂਰ ਵੀ ਤਾਂ ਇੱਕ ਦੇਸ਼ ਦੀ ਵੱਡੀ ਆ, ਦੇਸ਼ ਬਣਦਾ ਹੀ ਕਿਸਾਨਾਂ ਮਜ਼ਦੂਰਾਂ ਨਾਲ ਹੈ, ਕਿ 80% ਇਹਨਾਂ ਦੀ ਆਬਾਦੀ ਹੈਗੀ ਆ। ਹੁਣ ਸਰਕਾਰ ਨੇ ਸਾਡੀ ਗੱਲ ਸੁਣਨੀ ਆ ਨਹੀਂ ਸੁਣਨੀ ਆ, ਉਹਨਾਂ ਦੀ ਮਰਜ਼ੀ ਹੈਗੀ ਆ। ਆਉਣ ਵਾਲੇ ਸਮੇਂ 'ਚ ਅੰਦੋਲਨ ਹੋਰ ਤੇਜ਼ ਹੋਊਗਾ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਰਹੇਗੀ? ਦੇਖੋ, ਇੱਕ ਤਾਂ 8 ਜੁਲਾਈ ਨੂੰ, ਹੁਣ 2 ਜੁਲਾਈ ਦੀ ਥਾਂ 8 ਜੁਲਾਈ ਨੂੰ ਅਸੀਂ 240 ਭਾਜਪਾ ਦੇ MPਾਂ ਨੂੰ ਛੱਡ ਕੇ NDA ਨੂੰ ਅਤੇ ਵਿਰੋਧੀ ਧਿਰਾਂ ਨੂੰ ਮੰਗ ਪੱਤਰ ਦੇਵਾਂਗੇ। ਤਾਂ ਅਸੀਂ ਇਹ ਤੋਂ ਗਾ 17 ਜੁਲਾਈ ਨੂੰ ਜਿਹੜਾ SP ਅੰਬਾਲਾ ਜਿਹੜਾ ਵਾ ਉਹਦੇ ਬਾਰ ਮੂਹਰੇ ਮੋਰਚਾ ਖੋਲ੍ਹਾਂਗੇ ਨਵਦੀਪ ਦੀ ਰਿਹਾਈ ਵਾਸਤੇ, ਔਰ ਜੋ ਕੁਝ ਪੁਲਿਸ ਕਰ ਰਹੀ ਹੈ ਉਹਨੂੰ ਠੱਲ ਪਾਉਣ ਵਾਸਤੇ। ਉਸਦੇ ਨਾਲ ਹੀ ਕੀ ਦੁਬਾਰਾ ਅਪੀਲ ਕੀਤੀ ਜਾਵੇਗੀ ਹੁਣ ਸਰਕਾਰ ਨੂੰ ਕਿ ਜਲਦ ਤੋਂ ਜਲਦ ਕੋਈ ਨਵੀਂ ਮੀਟਿੰਗ ਰੱਖੀ ਜਾਵੇ ਕਿ ਸਾਰੀਆਂ ਗੱਲਾਂ 'ਤੇ ਚਰਚਾਵਾਂ ਹੋਣ? ਹਾਂ ਦੇਖੋ, ਸਾਡੇ ਵੱਲੋਂ ਤਾਂ ਗੱਲਬਾਤ ਤੋਂ ਨਾ ਕਦੀ ਕੀਤੀ ਗਈ। ਜਦੋਂ ਸਰਕਾਰ ਚਾਹੂਗੀ ਗੱਲਬਾਤ ਕਰਕੇ, ਅਸੀਂ ਆਸਥਾ ਰੱਖਦੇ ਸਰਕਾਰ ਗੱਲਬਾਤ ਕਰਕੇ ਮਸਲੇ ਦਾ ਹੱਲ ਕਰੇ। ਬਿਲਕੁਲ, ਕਿਤੇ ਨਾ ਕਿਤੇ ਹਾਲੇ ਵੀ ਦੁਬਾਰਾ ਗੱਲਬਾਤ ਕਰਨ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਹੁਣ ਵੀ ਗੱਲਬਾਤ ਕਰਕੇ ਮਸਲੇ ਜਿਹੜੇ ਨੇ ਉਹ ਹੱਲ ਹੋ ਸਕਦੇ ਨੇ, ਪਰ ਹਾਲੇ ਤੱਕ ਜੇ ਗੱਲ ਕੀਤੀ ਜਾਵੇ ਤਾਂ ਜਦੋਂ ਤੋਂ ਤੀਸਰੀ ਵਾਰ ਦੀ ਸਰਕਾਰ ਬਣੀ ਹੈ ਹਾਲੇ ਤੱਕ ਕਿਸਾਨਾਂ ਨੂੰ ਲੈ ਕੇ ਇੱਕ ਨਵੀਂ ਖੁਸ਼ੀ ਦੀ ਲਹਿਰ ਜ਼ਰੂਰ ਜਗਾਈ ਜਾਂਦੀ ਹੈ, ਕੋਈ ਕੁਛ ਨਾ ਕੁਛ ਨਵਾਂ ਜ਼ਰੂਰ ਦਿੱਤਾ ਜਾਂਦਾ, ਪਰ ਕੋਈ ਹੱਲ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ, ਕਿਉਂਕਿ ਲਗਾਤਾਰ ਪ੍ਰਦਰਸ਼ਨ ਵੀ ਉਸੇ ਤਰ੍ਹਾਂ ਜਾ ਰਹੀ ਹੈ, ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੁਝ ਨਵੇਂ ਪ੍ਰਦਰਸ਼ਨ ਵੀ ਉਲੀਕੇ ਗਏ ਆ। ਬੀਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ, ABP ਸਾਂਝਾ, ਚੰਡੀਗੜ੍ਹ।